वाहिगुरु जी का खालसा, वाहिगुरु जी की फतेह जी। हुण आपां आए हैं जी गंगू बामण दे पिंड सहेड़ी विखे जी। हुण आपां दर्शन कर रहे हाँ गुरद्वारा श्री राज साहिब दे जी। इस तो बाद आपां दर्शन करांगे गुरद्वारा श्री कोतवाली साहिब दे जी। साडे नाल इस पूरी सीरीज़ दे विच बने रहो, वीडियो नूं एंड तक जरूर देखियो जी। आओ चलिए जी इस स्थान दे दर्शन करिए जी। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਜਿਸ ਸਥਾਨ ਦੇ ਉੱਤੇ ਆਏ ਹੋਏ ਹਾਂ ਜੀ, ਉਸ ਸਥਾਨ 'ਤੇ ਇਹ ਮਾਤਾ ਜੀ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਨੇ ਜੀ। ਆਪਾਂ ਮਾਤਾ ਜੀ ਨਾਲ ਗੱਲ ਕਰਦੇ ਹਾਂ ਇਸ ਗੁਰਦੁਆਰਾ ਸਾਹਿਬ ਦਾ, ਇਸ ਸਥਾਨ ਦਾ ਜੀ ਇਤਿਹਾਸ ਪੁੱਛਦੇ ਹਾਂ ਮਾਤਾ ਜੀ ਤੋਂ ਜੀ। ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਤਾ ਜੀ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਜੀ ਵੀ ਇਸ ਸਥਾਨ ਦਾ ਕੀ ਇਤਿਹਾਸ ਆ ਜੀ ਅਤੇ ਕੀ ਸੱਚ ਆ ਜੀ ਇਸ ਸਥਾਨ ਦਾ ਜੀ। ਜਿੱਥੇ ਤੁਸੀਂ ਬੈਠੇ ਹੈ ਇਸ ਸਥਾਨ ਨੂੰ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਦਾਤ ਸਾਹਿਬ ਹੈ। ਗੰਗੂ ਨੇ ਕਿਆ ਕਰਿਆ ਕਿ ਪਾਪੀ ਕੋ ਪਾਪ ਪਿਆਰਾ, ਗੰਗੂ ਦਾ ਮਨ ਬਦਲ ਗਿਆ। ਮਾਂ ਨੂੰ ਕਹਿੰਦਾ ਮਾਂ, ਗੰਗੂ ਦੀ ਮਾਂ ਦੇ ਨਾਂ ਸ਼ੋਭੀ ਤਾ ਸ਼ੋਭੀ। ਮਾਂ ਨੂੰ ਕਹਿੰਦਾ ਤੂੰ ਖੀਰ ਬਣਾ, ਮੈਂ ਜ਼ਹਿਰ ਦੀਆਂ ਪੁੜੀਆਂ ਲਿਆਉਣਾ। ਮਾਤਾ ਨੇ ਅੱਗੋਂ ਗੰਗੂ ਨੂੰ ਵਰਜਿਆ, ਡੰਗਿਆ, ਘਰ ਆਇਆ ਨਾ ਦਗਾ ਨਹੀਂ ਕਪਾਈ ਦਾ, ਮੇਰੇ ਦੁੱਧ ਨੂੰ ਲਾਜ ਨਾ ਲਾ। ਲੇਕਿਨ ਪਾਪੀ ਕੋ ਪਾਪ ਪਿਆਰਾ, ਉਹ ਫਿਰ ਵੀ ਨਹੀਂ ਟਿਕਿਆ। ਰਾਤ ਦੇਰ ਰਾਤ ਹੋਈ, ਮਾਤਾ ਨੇ ਆਪਣੀ ਗੁੱਠ ਜਿਹੜੀ ਮੋਹਰ ਵਾਲੀ ਤੀ ਸਿਰਾਣੇ ਹੇਠ ਰੱਖੀ, ਅਤੇ ਬੱਚਿਆਂ ਨੂੰ ਗੋਦ 'ਚ ਲੈ ਕੇ, ਠੰਡ ਦਾ ਮੌਸਮ ਸੀ ਸਰਦੀ, ਅਤੇ ਵਿਰਾਜਮਾਨ ਨੀਂਦ ਕਿੱਥੇ, ਔਖੇ ਵੇਲੇ ਨੀਂਦ ਵੀ ਨਹੀਂ ਆਉਂਦੀ ਨਾ। ਅਤੇ ਗੰਗੂ ਨੇ ਹੌਲੀ ਹੌਲੀ ਮੋਹਰਾਂ ਦੀ ਖੁਰਜੀ ਸੀ ਜਿਹੜੀ, ਉਸ ਨੂੰ ਖੁਰਜੀ ਕਿਹਾ ਜਾਂਦਾ, ਉਹਨੂੰ ਆਪਾਂ ਬਰੀਫ ਕੇਸ ਕਹਿ ਦਿੰਦੇ ਹਾਂ, ਹੈਂਡ ਬੈਗ ਕਹਿ ਦਿੰਦੇ, ਖੁਰਜੀ ਖਿੱਚਣੀ ਸ਼ੁਰੂ ਕਰ ਦਿੱਤੀ। ਮਾਤਾ ਜੀ ਨੇ ਗੰਗੂ ਨੂੰ ਦੇਖ ਲਿਆ। ਮਾਤਾ ਜੀ ਬੋਲੇ, ਗੰਗਿਆ ਮੇਰੇ ਲਾਲ ਨੂੰ ਮਿਲਾ ਦੇ ਸਾਨੂੰ, ਜਿੰਨੀਆਂ ਮਰਜ਼ੀ ਮੋਹਰਾਂ ਲੈ ਲਈ, ਤੇਰੇ ਬਿਨਾਂ ਹੋਰ ਇੱਥੇ ਕੋਈ ਆਇਆ ਹੀ ਨਹੀਂ। ਗੰਗੂ ਕਹਿੰਦਾ ਇੱਕ ਮੈਂ ਆਪਣੇ ਘਰ ਰੱਖੇ, ਇੱਕ ਮੈਨੂੰ ਚੋਰ ਕਹਿੰਦੇ, ਨਿਕਲੋ ਘਰ ਤੋਂ ਬਾਹਰ। ਉਸ ਸਮੇਂ ਜਿੱਥੇ ਤੁਸੀਂ ਬੈਠੇ ਹੋ ਖੁੱਲ੍ਹਾ ਉਜਾੜ ਪਿਆ ਸੀ, ਕਿਤੇ ਤਾਂ ਬੈਠਣਾ ਚਾਹੁੰਦੇ ਨਾ, ਇੱਥੇ ਬੈਠ ਗਏ। ਅਤੇ ਗੰਗੂ ਫਿਰ ਵੀ ਨਹੀਂ ਟਿਕਿਆ। ਗੰਗੂ ਨੇ ਮਰੰਡੇ ਥਾਣੇ ਮੁਕਬਰੀ ਕੀਤੀ ਕਿ ਮਾਤਾ ਗੁੱਜਰ ਕੌਰ ਜੀ ਔਰ ਛੋਟੇ ਸਾਹਿਬਜ਼ਾਦੇ ਮੇਰੇ ਪਿੰਡ ਆਏ ਹੋਏ ਹੈ, ਚਲੋ ਮੈਂ ਪਕੜਾਵਾਂ। ਘਰ ਨਹੀਂ ਕਿਹਾ, ਘਰ ਤਾਂ ਫਸਦਾ ਸੀ। ਫਿਰ ਗੰਗਾ ਨੂੰ ਲਾਲਚ ਸੀ ਵੀ ਕੁਛ ਮੋਹਰਾਂ ਤਾਂ ਮੈਂ ਇਹਨਾਂ ਤੋਂ ਲੁੱਟ ਲਈਆਂ, ਕੁਛ ਮੈਂ ਸਰਕਾਰ ਤੋਂ ਇਨਾਮ ਪਾਊਂਗਾ। ਅੱਜ ਕੱਲ੍ਹ ਭਾਈ ਸਾਹਿਬ ਭਾਈ ਮਨਵੀਰ ਸਿੰਘ ਜੀ ਸੁਹਾਣੇ ਵਾਲੇ ਇਸ ਰੰਭ ਕਰਜੇ ਨੂੰ ਨੇਪਰੇ ਚਾੜਨ ਦੀ ਸੇਵਾ ਲਾਈ ਹੋਈ ਹੈ। ਗੁਰੂ ਸਾਹਿਬ ਕਿਰਪਾ ਕਰਨ, ਬਖਸ਼ਿਸ਼ ਕਰਨ, ਆਪਣੇ ਰਹਿਮਤ ਰੱਖਣ ਅਤੇ ਆਪਣੇ ਕਰਜੇ ਦੀ ਸੰਪੂਰਨਤਾ ਨਿਰਵਿਘਨ ਕਰਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਭ ਨੇ ਮਿਲ ਕੇ ਇਸ ਸਥਾਨ ਦੇ ਦਰਸ਼ਨ ਕਰ ਲਏ ਨੇ ਜੀ। ਆਓ ਚਲੀਏ ਹੁਣ ਗੁਰਦੁਆਰਾ ਸ਼੍ਰੀ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਦਰਸ਼ਨਾਂ ਨੂੰ ਜੀ। ਆਓ ਚਲੀਏ ਜੀ। ਹੁਣ ਆਪਾਂ ਆਏ ਹਾਂ ਜੀ ਉਸ ਸਥਾਨ 'ਤੇ ਜਿਸ ਸਥਾਨ 'ਤੇ ਮਾਤਾ ਗੁਜਰ ਕੌਰ ਜੀ ਅਤੇ ਦੋਹੇ ਛੋਟੇ ਸਾਹਿਬਜ਼ਾਦਿਆਂ ਨੂੰ ਇਸ ਸਥਾਨ 'ਤੇ ਲਿਆਂਦਾ ਗਿਆ ਸੀ, ਗੰਗੂ ਦੇ ਪਿੰਡ ਤੋਂ ਸਹੇੜੀ ਤੋਂ ਜੀ। ਆਓ ਆਪਾਂ ਇਸ ਸਥਾਨ ਦੇ ਦਰਸ਼ਨ ਕਰਦੇ ਹਾਂ ਜੀ ਅਤੇ ਇਤਿਹਾਸ ਬਾਰੇ ਜਾਣਦੇ ਹਾਂ ਜੀ। ਇਹ ਨਾ ਜਦੋਂ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰ ਹੁੰਦੇ ਹਾਂ ਤਾਂ ਐਂਟਰ ਹੋਣ ਤੋਂ ਪਹਿਲਾਂ ਇਹ ਜੋੜਾ ਘਰ ਬਣਿਆ ਹੋਇਆ ਜੀ। ਇਸ ਜਗ੍ਹਾ ਆਪਣਾ ਜੋੜਾ ਉਤਾਰ ਕੇ ਜਮ੍ਹਾਂ ਕਰਵਾ ਕੇ ਜੀ ਫਿਰ ਆਪਾਂ ਚੱਲਦੇ ਅੰਦਰ ਦਰਸ਼ਨਾਂ ਨੂੰ ਜੀ। ਇਹ ਹੈ ਜੀ ਗੁਰਦੁਆਰਾ ਸਾਹਿਬ ਕੋਤਵਾਲੀ ਸਾਹਿਬ। ਉਸ ਸਮੇਂ ਇਹ ਥਾਣਾ ਹੁੰਦਾ ਸੀ। ਇਸ ਜਗ੍ਹਾ ਨਾ ਜਾਨੀ ਖਾਂ ਅਤੇ ਮਾਨੀ ਖਾਂ ਦੋ ਜਣੇ ਡਿਊਟੀ ਕਰਦੇ ਹੁੰਦੇ ਸੀ। ਗੰਗੂ ਬ੍ਰਾਹਮਣ ਨੇ ਇੱਕ ਤਾਂ ਚੋਰੀ ਕੀਤੀ, ਚੋਰੀ ਕਰਨ ਤੋਂ ਬਾਅਦ ਇੱਕ ਤਾਂ ਉਹ ਮੁੱਕਰ ਗਿਆ, ਸੌਂਹਾਂ ਖਾਣ ਲੱਗਿਆ ਮੁੱਕਰ ਗਿਆ। ਉਹਨੇ ਮੁਖਬਰੀ ਕੀਤੀ ਸਾਹਿਬਜ਼ਾਦਿਆਂ ਦੀ, ਧੰਨ ਧੰਨ ਮਾਤਾ ਗੁਜਰ ਕੌਰ ਜੀ ਦੀ।
ਅਤੇ ਇਸ ਜਗ੍ਹਾ 'ਤੇ ਉਸਨੇ ਸ਼ਿਕਾਇਤ ਕੀਤੀ ਜੀ। ਮਾਤਾ ਗੁਜਰ ਕੌਰ ਜੀ ਅਤੇ ਦੋਨੇ ਸਾਹਿਬਜ਼ਾਦਿਆਂ ਨੂੰ ਇੱਕ ਰਾਤ ਇਸ ਜਗ੍ਹਾ ਜੀ ਕੈਦ ਕਰਕੇ ਰੱਖਿਆ ਸੀ ਜੀ। ਨਾ ਤਾਂ ਉਹਨਾਂ ਨੂੰ ਖਾਣ ਵਾਸਤੇ ਕੁਛ ਦਿੱਤਾ ਗਿਆ ਜੀ, ਇੰਨੀ ਜ਼ਿਆਦਾ ਠੰਡ ਸੀ ਅਤੇ ਨਾ ਕੋਈ ਉਹਨਾਂ ਨੂੰ ਕੰਬਲ ਦਾ ਕਿਸੇ ਵੀ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਦਿੱਤਾ ਗਿਆ ਜੀ ਉਹਨਾਂ ਨੂੰ। ਇੱਕ ਰਾਤ ਗੁਜ਼ਾਰਨ ਤੋਂ ਬਾਅਦ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਜੀ ਫਿਰ ਅੱਗੇ ਸਰਹੰਦ ਵੱਲ ਨੂੰ ਚਲੇ ਗਏ ਸੀ ਜੀ। ਇਹ ਆ ਜੀ ਦੇਖ ਘਰ, ਇਹ ਗੁਰਦੁਆਰਾ ਸਾਹਿਬ ਦਾ ਅੱਜ ਦਾ ਹੁਕਮਨਾਮਾ ਸਾਹਿਬ ਆ, ਤੁਸੀਂ ਪੜ੍ਹ ਸਕਦੇ ਹੋ ਜੀ। ਇਹ ਨਿਸ਼ਾਨ ਸਾਹਿਬ ਜੀ, ਆ ਜਾਓ ਹੁਣ ਤਾਂ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਨੂੰ ਜੀ, ਦਰਸ਼ਨ ਕਰਦੇ ਹਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜੀ। ਸੋਹਣਾ ਉੱਚਾ ਨਿਸ਼ਾਨ ਸਾਹਿਬ ਝੂਲਦਾ ਹੋਇਆ ਜੀ, ਗੁਰਦੁਆਰਾ ਸਾਹਿਬ ਦੇ ਵਿੱਚ ਨਾ ਚੈਰੀਟੇਬਲ ਲੈਬੋਰਟਰੀ ਵੀ ਬਣੀ ਹੋਈ ਆ ਜੀ, ਜਿੱਥੇ ਬਹੁਤ ਹੀ ਘੱਟ ਰੇਟਾਂ ਦੇ ਉੱਤੇ ਟੈਸਟ ਕੀਤੇ ਜਾਂਦੇ ਨੇ ਜੀ। ਇਹ ਵੀ ਲਾਹਾ ਤੁਸੀਂ ਲੈ ਸਕਦੇ ਹੋ ਜੇ ਕਿਸੇ ਨੇ ਲੈਣਾ ਹੋਵੇ ਜੀ। ਇਹ ਪੌੜੀਆਂ ਚੜ੍ਹ ਕੇ ਨਾ ਦਰਬਾਰ ਸਾਹਿਬ ਉੱਪਰ ਵੀ ਬਣਿਆ ਹੋਇਆ ਆ। ਥੱਲੇ ਤਾਂ ਜਾਣੀ ਉਸ ਵੇਲੇ ਕੋਤਵਾਲੀ ਜਿਹੜਾ ਥਾਣਾ ਹੁੰਦਾ ਸੀ ਉਸ ਨੂੰ ਉਸੇ ਤਰ੍ਹਾਂ ਰੱਖਿਆ ਗਿਆ ਆ ਜੀ, ਅਤੇ ਇਹ ਦਰਬਾਰ ਸਾਹਿਬ ਆ ਉੱਤੇ ਜੀ ਬਣਿਆ ਹੋਇਆ। ਆ ਜੋ ਆਪਾਂ ਦਰਸ਼ਨ ਕਰਦੇ ਹਾਂ ਜੀ। ਦਰਸ਼ਨ ਆਪਾਂ ਕਰ ਲੈਂਦੇ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜੀ ਗੁਰਦੁਆਰਾ ਸਾਹਿਬ ਦੇ। ਆ ਜਾਓ ਆਪਾਂ ਹੁਣ ਚੱਲਦੇ ਹਾਂ ਗੁਰੂ ਕੇ ਲੰਗਰਾਂ ਵੱਲ ਨੂੰ ਜੀ। ਇਹ ਆ ਜੀ ਗੁਰੂ ਕਾ ਲੰਗਰ,
ਜਿੱਥੇ ਆਪਾਂ ਪ੍ਰਸ਼ਾਦਾ ਪਾਣੀ ਛਕ ਸਕਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪਾਂ ਸਭ ਨੇ ਮਿਲ ਕੇ ਦੋਨਾਂ ਸਥਾਨਾਂ ਦੇ ਗੁਰਦੁਆਰਾ ਸ਼੍ਰੀ ਰੱਥ ਸਾਹਿਬ ਅਤੇ ਗੁਰਦੁਆਰਾ ਸ਼੍ਰੀ ਕੋਤਵਾਲੀ ਸਾਹਿਬ ਦੇ ਦਰਸ਼ਨ ਕਰ ਲਏ ਨੇ ਜੀ। ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰ ਦਿਓ, ਚੈਨਲ ਸਬਸਕ੍ਰਾਈਬ ਕਰ ਦਿਓ ਅਤੇ ਬੈਲ ਆਈਕਨ ਦੱਬਣਾ ਨਾ ਭੁੱਲਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।